ਪੰਜਾਬੀ ਤੁਸੀਂ ਦੇਖ ਰਹੇ ਹੋ ਲਗਾਤਾਰ ਅਸੀਂ ਠੱਗੀ ਦੀਆਂ ਘਟਨਾਵਾਂ ਸੁਣਦੇ ਹਾਂ। ਠੱਗੀ ਬਹੁਤ ਤਰ੍ਹਾਂ ਦੀ ਹੁੰਦੀ ਆ, ਪਰ ਸਭ ਤੋਂ ਜ਼ਿਆਦਾ ਪੰਜਾਬ 'ਚ ਜਿਹੜਾ ਹਾਵੀ ਸੀਨ ਰਹਿੰਦਾ ਹੈ ਉਹ ਰਹਿੰਦਾ ਹੈ ਬਾਹਰ ਜਾਣ ਵਾਲੇ ਸੁਪਨਿਆਂ ਦਾ ਕਿ ਆਖਿਰਕਾਰ ਬਾਹਰ ਜਾਣਾ ਹੈ। ਬਹੁਤ ਸਾਰੇ ਨੌਜਵਾਨ ਕੁੜੀਆਂ ਮੁੰਡੇ ਨੇ ਜਿਹੜੇ ਅਕਸਰ ਠੱਗਾਂ ਦੇ ਝਾਂਸੇ 'ਚ ਆ ਜਾਂਦੇ ਨੇ ਅਤੇ ਕਈ ਕਈ ਕਰੋੜ ਦੀ ਠੱਗੀ ਆਈ ਹੈ। 100 ਕਰੋੜ ਦੀ ਠੱਗੀ ਦਾ ਇੱਕ ਮਾਮਲਾ ਕਹਿ ਰਹੇ ਨੇ ਕਿ ਆਖਿਰਕਾਰ ਹੈਗਾ ਇਹ, ਪਰ ਹੋਇਆ ਕਿਵੇਂ? ਸਟੂਡੈਂਟ ਆ ਸਾਡੇ ਨਾਲ ਇੱਕ ਕੁੜੀ ਹੈਗੀ ਜਿਹਦੇ ਉਹਦੇ ਵੀ ਪੈਸੇ ਇਸ ਪੂਰੀ ਠੱਗੀ ਦੇ ਵਿੱਚ ਕਹਿੰਦੇ ਕਿਤੇ ਨਾ ਕਿਤੇ ਡੁੱਬੇ ਹੋਏ ਨੇ, ਪਰ ਬਾਕੀ ਕਿਵੇਂ ਬਚ ਸਕਦੇ ਨੇ ਇਹ ਚੀਜ਼ ਵੀ ਦੇਖਣ ਵਾਲੀ ਹੈਗੀ। ਜੋਤੀ ਹੈ ਸਾਡੇ ਨਾਲ। ਜੋਤੀ, ਸ਼ੁਰੂਆਤ ਕਿਵੇਂ ਹੋਈ ਸੀ? ਕਿਉਂਕਿ ਬਾਹਰ ਜਾਣ ਦਾ ਤਾਂ ਹਰੇਕ ਕਿਸੇ ਦਾ ਹੀ ਸੁਪਨਾ ਹੁੰਦਾ ਵੀ ਮੈਂ ਬਾਹਰ ਚਲ ਜਾਵਾਂ, ਅਤੇ ਕਿੰਨਾ ਕੁ ਸੌਖਾ ਲੱਗਿਆ ਸੀ ਸ਼ੁਰੂਆਤ ਦੇ ਵਿੱਚ ਜਦੋਂ ਇਹ ਪੂਰੀ ਗੱਲਾਂ ਸ਼ੁਰੂ ਹੋਈਆਂ? ਐਕਚੁਅਲੀ ਮੈਂ ਇਹਨਾਂ ਦੀ ਇੱਕ ਐਡ ਫਲੈਸ਼ ਹੁੰਦੇ ਦੇਖੀ ਸੀ ਇੰਟਰਨੈਟ 'ਤੇ। ਉਹਦੇ ਵਿੱਚ ਆ ਰਿਹਾ ਸੀਗਾ ਕਿ ਆਪਣੀ ਈਮੇਲ ਆਈਡੀ ਤੇ ਆਪਣਾ ਫੋਨ ਨੰਬਰ ਪਾਣਾ, ਤੇ ਮੈਂ ਇਸੇ ਤਰ੍ਹਾਂ ਆਪਣਾ ਈਮੇਲ ਆਈਡੀ ਤੇ ਫੋਨ ਨੰਬਰ ਪਾ ਦਿੱਤਾ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਾਲ ਕੀਤੀ, ਕਾਲ ਕਰਕੇ ਇਹਨਾਂ ਨੇ ਮੈਨੂੰ ਬੋਲਿਆ ਕਿ ਮੈਂ ਇਹਨਾਂ ਦੇ ਆਫਿਸ ਵਿਜ਼ਿਟ ਕਰਾਂ, ਤੁਹਾਡੀ ਪ੍ਰੋਫਾਈਲ ਬਹੁਤ ਜੈਨੂਇਨ ਹੈਗੀ ਹੈ, ਤੁਸੀਂ ਮਾਸਟਰਸ ਕੀਤਾ ਮਾਸ ਕਮਿਊਨੀਕੇਸ਼ਨ 'ਚ, ਤੁਸੀਂ ਬਾਹਰ ਜਾ ਸਕਦੇ ਹੋ। ਕਿਉਂਕਿ ਮੈਂ ਉਸ ਤੋਂ 1 ਸਾਲ ਪਹਿਲਾਂ ਮੈਂ PR ਲਈ ਕਰ ਰਹੀ ਸੀ, ਮੇਰਾ ਹੋ ਨਹੀਂ ਰਿਹਾ ਸੀਗਾ, ਮੈਂ ਕਾਫੀ ਟਾਈਮ ਤੋਂ ਟਰਾਈ ਕਰ ਰਹੀ ਸੀ, ਪਰ ਮੇਰੇ ਫਾਦਰ ਵੀ ਅਬਰੋਡ ਹੈ, ਜਦਕਿ ਅਸੀਂ ਇੰਨੇ ਪੜ੍ਹੇ ਲਿਖੇ ਹੋ ਕੇ ਵੀ ਇੱਦਾਂ ਦੇ ਬੰਦਿਆਂ ਦੇ ਵਿੱਚ ਫਸ ਗਏ, ਕਿਉਂਕਿ ਇਹ ਇੰਨੇ ਜ਼ਿਆਦਾ ਸਮਾਰਟ ਨੇ, ਇਹ ਜਿੱਦਾਂ ਮਤਲਬ ਕਿ ਲੋਕਾਂ ਦੀ ਉਹੀ ਕਲਾਕਾਰੀ ਸਮਝਣੀ ਚਾਹੁੰਦੇ ਆ ਵੀ ਤੁਹਾਡੇ ਫਾਦਰ ਖੁਦ ਅਬਰੋਡ ਨੇ, ਤੁਸੀਂ ਆਪ ਪੜ੍ਹੇ ਲਿਖੇ ਹੋ, ਮਾਸਟਰਸ ਕੀਤੀ ਆ, ਵੀ ਇਹੋ ਜਿਹਾ ਕਿਹੋ ਜਿਹਾ ਜਾਲ ਬਣਾਉਂਦੇ ਨੇ ਕਿ ਆਖਿਰਕਾਰ ਆਮ ਤੌਰ 'ਤੇ ਤੁਹਾਡੇ ਵਰਗੇ ਕੁੜੀਆਂ ਮੁੰਡੇ ਨੇ ਜਿਹੜੇ ਝਾਂਸੇ 'ਚ ਆ ਜਾਂਦੇ ਨੇ? ਸ਼ੁਰੂਆਤ ਜਿਵੇਂ ਤੁਸੀਂ ਕਿਹਾ ਵੀ ਗਏ, ਫਿਰ ਗਏ ਉੱਥੇ ਦਫ਼ਤਰ? ਮੈਂ ਦਫ਼ਤਰ ਵਿੱਚ ਜਦ ਗਈ, ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੀ ਤਾਂ ਬਹੁਤ ਹੀ ਵਧੀਆ ਪਰਸਨੈਲਿਟੀ ਹੈਗੀ, ਤੁਸੀਂ ਇੰਨੇ ਪੜ੍ਹੇ ਲਿਖੇ ਹੋ, ਤੁਹਾਡਾ ਤਾਂ ਬਾਹਰ ਦਾ ਹੋ ਜਾਏਗਾ, ਤੁਹਾਨੂੰ ਅਸੀਂ ਐਜ਼ ਅ ਟੀਚਰ ਉੱਥੇ ਰੱਖਾਂਗੇ, ਅਤੇ ਤੁਸੀਂ ਇੰਨੇ ਐਜੂਕੇਟਿਡ ਹੋ, ਤੁਹਾਨੂੰ PR ਦੀ ਲੋੜ ਨਹੀਂ ਹੈ, ਤੁਹਾਨੂੰ ਬਾਹਰ ਜਾਂਦੇ ਹੀ ਅਸੀਂ PR ਕਰਵਾ ਦੇਵਾਂਗੇ। ਉਹਨਾਂ ਨੇ ਮੈਨੂੰ ਇੰਨੇ ਮਤਲਬ ਤਰੀਕੇ ਨਾਲ ਕਹਿੰਦੇ, ਸਾਡਾ ਇੱਕ ਜਿਹੜਾ ਹੈਗਾ ਸੈਂਟਰ ਕੈਨੇਡਾ ਵਿੱਚ ਵੀ ਹੈਗਾ, ਮੈਨੂੰ ਲੱਗਿਆ ਸੱਚ ਸ਼ਾਇਦ ਉਹ ਸੱਚ ਬੋਲ ਰਿਹਾ, ਕਿਉਂਕਿ ਉਹਨਾਂ ਨੇ ਇੱਕ ਇੰਸਟਾਗ੍ਰਾਮ ਦੀ ਆਈਡੀ ਵੀ ਬਣਾ ਰੱਖੀ ਸੀਗੀ ਗਲੋ ਕਾਲਜ ਦੇ ਨਾਮ ਤੋਂ, ਜਿੱਥੇ ਉਹ ਭੇਜਣਾ ਚਾਹੁੰਦੇ ਸੀ ਬੱਚਿਆਂ ਨੂੰ, ਅਤੇ ਕਾਫੀ ਫੋਰਨਰਸ ਦੀਆਂ ਪਿਕਚਰਸ ਉਹ ਅਪਲੋਡ ਕਰਦੇ ਰਹਿੰਦੇ ਸੀ, ਜਿਹਦੇ ਕਰਕੇ ਮੈਨੂੰ ਇਹ ਚੀਜ਼ਾਂ ਜ਼ਿਆਦਾ ਫੈਚ ਕੀਤੀਆਂ ਕਿ ਨਹੀਂ ਫਿਰ ਇਹ ਜੈਨੂਇਨ ਹੈਗੇ ਆ, ਕਿਉਂਕਿ ਓਬਵੀਅਸਲੀ ਤੁਸੀਂ ਦੇਖ ਰਹੇ ਹੋ ਉਹਨਾਂ ਨੇ ਪੇਜ ਬਣਾਇਆ, ਉਹਨਾਂ 'ਚ ਰੋਜ਼ ਅਪਡੇਟ ਜਾ ਰਹੀ ਹੈ, ਅਤੇ ਫੇਰ ਇੰਸਟਾਗ੍ਰਾਮ 'ਚ ਤੁਹਾਨੂੰ ਲੱਗਿਆ ਵੀ ਐਡੀ ਚੱਕਾ 'ਚ ਆਉਂਦਾ ਤਾਂ ਸਾਰਾ ਸਹੀ ਹੋਏਗਾ ਕੰਮ? ਇੰਸਟਾਗ੍ਰਾਮ ਵੀ ਇਕੱਲਾ ਨਹੀਂ ਸੀਗਾ ਉਹਨਾਂ ਦਾ, ਜਿੱਦਾਂ ਆਫਿਸ ਸੀਗਾ ਉਹਨਾਂ ਨੇ ਇੰਨਾ ਵਧੀਆ ਆਫਿਸ ਬਣਾ ਰੱਖਿਆ ਸੀ, ਕਾਫੀ ਫਲੈਗਸ ਲਗਾ ਰੱਖੇ ਸੀਗੇ ਫੇਕ ਇਮੀਗ੍ਰੇਸ਼ਨ ਦੀ, ਜਿਵੇਂ ਕਿ ਉਹਨਾਂ ਦੀ ਸਰਟੀਫਿਕੇਸ਼ਨ ਨਹੀਂ ਸੀ, ਪਰ ਉਹਨਾਂ ਨੇ ਐਵੇਂ ਹੀ ਲਗਾ ਰੱਖੇ ਸੀ ਸਰਟੀਫਿਕੇਟਸ। ਮੈਨੂੰ ਲੱਗਿਆ ਕਿਉਂਕਿ ਮੈਂ ਇਹ ਚੀਜ਼ਾਂ ਬਾਰੇ ਰਿਸਰਚ ਕਰਦੀ ਰਹਿੰਦੀ ਹਾਂ ਕਿ ਸਰਟੀਫਾਈਡ ਹੈਗੇ ਕਿ ਨਹੀਂ, ਉਹ ਸਾਰੇ ਸਰਟੀਫਿਕੇਟ ਵੀ ਸਾਰੇ ਝੂਠੇ ਸੀਗੇ, ਇਸ ਕਰਕੇ ਮੈਂ ਇਸ ਚਾਲ ਵਿੱਚ ਫਸੀ, ਕਿਉਂਕਿ ਬੜੇ ਤਰੀਕੇ ਨਾਲ ਬੜੇ ਸਮਾਰਟ ਵਰਕ ਨਾਲ ਉਹਨਾਂ ਨੇ ਮੈਨੂੰ ਫਸਾਇਆ, ਕਿਉਂਕਿ ਜੇ ਮੈਂ ਇੰਨੀ ਰਿਸਰਚ ਕਰਕੇ ਉਹਨਾਂ 'ਤੇ ਬਿਲੀਵ ਕਰ ਲਿਆ, ਮੈਨੂੰ ਲੱਗਦਾ ਕੋਈ ਵੀ ਬੰਦਾ ਇੱਦਾਂ ਬੇਵਕੂਫ ਬਣ ਸਕਦਾ। ਕੁਛ ਲੋਕ ਤਾਂ ਵਿਚਾਰੇ ਇੱਦਾਂ ਦੇ ਸੀਗੇ ਮੇਰੇ ਨਾਲ ਸਟੂਡੈਂਟਸ, ਜਿਨ੍ਹਾਂ ਦੇ ਕੋਲ ਸ਼ਾਇਦ ਪੈਸੇ ਵੀ ਨਹੀਂ ਸੀ, ਉਹਨਾਂ ਨੇ ਗੋਲਡ ਲੋਨ ਲਿੱਤਾ ਸੀਗਾ, ਕਈਆਂ ਦੇ ਤਾਂ ਫਾਦਰ ਐਕਸਪਾਇਰ ਹੋ ਗਏ, ਕਈਆਂ ਦੇ ਹਸਬੈਂਡ ਤੱਕ ਐਕਸਪਾਇਰ ਹੋ ਗਏ, ਕੁੜੀਆਂ ਨੇ ਬਹੁਤ ਔਖੇ ਪੈਸੇ ਕਰੇ ਸੀਗੇ ਕਿ ਉਹ ਬਾਹਰ ਜਾਣ, ਕਿਉਂਕਿ ਉਹ ਇੰਨੀ ਪੜ੍ਹੀ ਲਿਖਿਆ ਨਹੀਂ ਸੀ, ਪਰ ਉਹਨਾਂ ਸਭ ਦਾ ਤੁਹਾਨੂੰ ਪਤਾ ਐਜ਼ ਪੰਜਾਬ ਵਿੱਚ ਸਾਰਿਆਂ ਦਾ ਸੁਪਨਾ ਹੈਗਾ ਕਿ ਉਹ ਬਾਹਰ ਜਾਣ। ਮੈਂ ਕੈਨੇਡਾ ਜਾਣਾ ਚਾਹੁੰਦੀ ਸੀ। ਕਿੰਨੇ ਪੈਸੇ ਸ਼ੁਰੂਆਤ ਦੇ ਵਿੱਚ ਇਕੱਠੇ ਪੈਸੇ ਤੁਹਾਡੇ ਤੋਂ ਉਹਨੇ ਲੈ ਲਏ ਜਾਂ ਅਲੱਗ ਅਲੱਗ ਸਮੇਂ ਦੇ ਪੈਸੇ ਲਏ, ਅਤੇ ਕੁੱਲ ਕਿੰਨੇ ਟੋਟਲ ਅਮਾਊਂਟ ਤੁਹਾਡੀ ਗਈ? ਉਹਨਾਂ ਨੇ ਮੇਰੇ ਤੋਂ ਬੋਲਿਆ, ਪਹਿਲਾਂ ਉਹਨਾਂ ਨੇ ਮੈਨੂੰ ਬੋਲਿਆ ਕਿ ਡਾਕੂਮੈਂਟਸ ਚੈੱਕ ਕਰਨ ਵਾਸਤੇ ਉਹਨਾਂ ਨੇ ਮੈਨੂੰ 20,000 ਬੋਲੇ ਸੀਗੇ, ਫਿਰ ਉਹਨਾਂ ਨੇ ਕਿਹਾ ਉਹਦੇ ਵਿੱਚ ਤੁਸੀਂ ਫਿਰ ਬਾਕੀ ਦੇ ਬਾਅਦ 'ਚੋਂ ਕਰਵਾ ਦਿਓ। ਟੋਟਲ ਅਮਾਊਂਟ ਉਹਨਾਂ ਨੇ ਮੇਰੇ ਤੋਂ 3.65,000 ਦੀ ਲਿੱਤੀ ਸੀਗੀ, ਮਤਲਬ 3,65,000 ਰੁਪੀਸ ਉਹਨਾਂ ਨੇ ਮੇਰੇ ਤੋਂ ਲਏ ਸੀਗੇ। ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਕਾਲ ਪਿੱਕ ਕਰਨੇ ਬੰਦ ਕਰ ਦਿੱਤੇ, ਜਦ ਮੈਂ ਉਹਨਾਂ ਦੇ ਆਫਿਸ ਜਾਂਦੇ ਸੀ ਉਹ ਦਰਵਾਜ਼ਾ ਨਹੀਂ ਖੋਲਦੇ ਸੀਗੇ, ਫਿਰ ਮੈਂ ਹੋਰ ਬੱਚਿਆਂ ਨੂੰ ਅਪਰੋਚ ਕੀਤਾ, ਈਵਨ ਕਿ ਉਹਨਾਂ ਨੇ ਅਲੱਗ ਅਲੱਗ ਪੈਚ ਬਣਾ ਰੱਖੇ ਸੀ, ਮੈਨੂੰ ਫਿਰ ਪਤਾ ਲੱਗਿਆ ਪਿਛਲੇ 3 ਸਾਲਾਂ ਤੋਂ ਕਾਫੀ ਬੱਚਿਆਂ ਨਾਲ ਇੱਦਾਂ ਹੀ ਠੱਗੀ ਹੋ ਰਹੀ ਹੈ, ਤੇ ਉਹ ਬੱਚਿਆਂ ਦਾ ਵੀ ਫੋਨ ਨਹੀਂ ਚੁੱਕਦੇ ਨਾ ਉਹਨਾਂ ਨੂੰ ਆਉਂਦੇ। ਅਮਾਊਂਟ ਜੇ ਕਹੀਏ ਕਿ 3-3.5 ਹੁਣ ਤੱਕ ਤਾਂ ਜਿਵੇਂ ਅਸੀਂ ਦੇਖਦੇ ਹਾਂਗੇ ਕਿ ਜਿਹੜੇ ਇਮੀਗ੍ਰੇਸ਼ਨ ਵਾਲਿਆਂ ਤੇ ਆਰੋਪ ਲੱਗਦੇ ਨੇ ਕਿ ਉਹ ਗੱਲ ਕਹਿੰਦੇ ਨੇ ਵੀ ਬਹੁਤ ਸਾਰੇ ਪੈਸੇ, ਕੋਈ ਕਹਿੰਦਾ 8 ਲੱਖ, ਕੋਈ ਕਹਿੰਦਾ 14 ਲੱਖ, ਕੋਈ 15 ਲੱਖ, ਤੁਹਾਡੇ ਵਾਲੇ 'ਚ ਅਮਾਊਂਟ ਬੜੀ ਜੇ ਦੇਖੇ, ਬੜੀ ਜੈਨੂਇਨ ਜੀ ਅਮਾਊਂਟ ਸੀ। ਇਸੇ ਕਰਕੇ ਤਾਂ ਬੋਲ ਰਹੀ ਕਿ ਜੈਨੂਇਨ ਸੀਗੀ, ਇਸੇ ਕਰਕੇ ਮੈਂ ਟਰਸਟ ਕਰ ਲਿਆ ਕਿ ਨਹੀਂ ਬਹੁਤ ਘੱਟ ਪੈਸਿਆਂ 'ਚ ਉਹ ਬੋਲ ਰਿਹਾ ਕਿ ਇਸ ਤੋਂ ਜ਼ਿਆਦਾ ਐਕਸਟਰਾ ਕੋਈ ਖਰਚਾ ਨਹੀਂ ਆਏਗਾ, ਤੁਹਾਡਾ ਸਿਰਫ ਇੰਨੇ ਵਿੱਚ ਹੋ ਜਾਏਗਾ, ਤਾਂ ਮੈਨੂੰ ਲੱਗਿਆ ਇੰਨੀ ਸਾਰੀਆਂ ਚੀਜ਼ਾਂ ਹੈਗੀਆਂ, ਸਰਟੀਫਾਈਡ ਵੀ ਹੈਗੇ ਆ, ਫਿਰ ਤਾਂ ਜੈਨੂਇਨ ਹੀ ਹੋਏ ਕਿਉਂਕਿ ਇੰਨੇ ਪੈਸੇ ਉਹ ਲੈ ਨਹੀਂ ਰਹੇ ਆ। ਉਹਨਾਂ ਨੇ ਮੈਨੂੰ ਬੋਲਿਆ ਕਿ ਆਫਟਰ ਵੀਜ਼ਾ ਅਗਰ ਅਸੀਂ ਫੀਸ ਲਵਾਂਗੇ ਤੁਹਾਡੇ ਤੋਂ 50,000 ਦੀ ਲਵਾਂਗੇ ਬਾਅਦ 'ਚੋਂ ਜਦ ਤੁਹਾਡਾ ਵੀਜ਼ਾ ਆ ਜਾਏਗਾ, ਤਾਂ ਬਿਲੀਵ ਮੈਨੂੰ ਹੋ ਹੀ ਗਿਆ ਕਿ ਨਹੀਂ ਚਲੋ 3-4 ਲੱਖ 'ਚ ਹੋ ਜਾਏਗਾ, ਇਸ ਕਰਕੇ ਮੈਂ ਬਿਲੀਵ ਕੀਤਾ। ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਇਸ ਚੀਜ਼ਾਂ ਬਾਰੇ ਨਾ ਅਵੇਅਰ ਹੋਣਾ ਚਾਹੀਦਾ, ਤਾਂ ਕਿ ਹੋਰਾਂ ਨਾਲ ਵੀ ਇੱਦਾਂ ਨਾ ਹੋ। ਬਹੁਤ ਸਾਰੇ ਬੱਚੇ ਇੱਦਾਂ ਦਾ ਸੁਪਨਾ ਰੱਖਦੇ ਆ ਕਿ ਬਾਹਰ ਜਾਈਏ, ਕਈ ਦਫ਼ਾ ਅਸੀਂ ਇਹੋ ਜਿਹੇ ਝਾਂਸੇ ਵਿੱਚ ਵੀ ਆ ਜਾਂਦੇ ਜਿੱਦਾਂ ਮੈਂ ਆਈ, ਮੈਨੂੰ
ਤੇ 100 ਕਰੋੜ ਤੱਕ ਗੱਲ ਪਹੁੰਚ ਗਈ ਗੱਲ ਇੰਨੇ ਤੱਕ ਪਹੁੰਚ ਗਈ ਹੋਣੀ ਇੰਨਾ ਪੈਸਾ ਹੋ ਗਿਆ ਹੁਣ ਹਾਂਜੀ ਹਾਂਜੀ ਆਰਾਮ ਨਾਲ ਕਿਉਂਕਿ ਉਹ ਫੈਸ਼ਨ ਸ਼ੋਜ਼ ਵਗੈਰਾ ਜਿਹੜੇ ਕਰਾਉਂਦੇ ਸੀ ਉਹ ਵੀ ਬੱਚਿਆਂ ਤੋਂ ਪੈਸੇ ਲੈਂਦੇ ਸੀਗੇ ਕਿ ਤੁਸੀਂ ਆਪਣੇ ਫੈਸ਼ਨ ਸ਼ੋ ਵਾਸਤੇ 8 ਲੱਖ ਰੁਪਿਆ ਦਿਓ 5 ਲੱਖ ਰੁਪਿਆ ਦਿਓ ਸਭ ਦੀ ਡਿਫਰੈਂਟ ਡਿਫਰੈਂਟ ਅਮਾਉਂਟ ਹੈ ਇਹ ਤਾਂ ਸਿਰਫ ਜਿਹੜੇ ਬੱਚੇ ਇਨਰੋਲ ਕਰਦੇ ਸੀ ਉਹਨਾਂ ਤੋਂ ਲੈਂਦੇ ਸੀ 3.5 ਲੱਖ ਰੁਪਿਆ ਜੋ ਅਦਰ ਸਟੂਡੈਂਟਸ ਹੁੰਦੇ ਸੀ ਜੋ ਆਲਰੇਡੀ ਇਨਰੋਲਡ ਹੁੰਦੇ ਸੀ ਉਹਨਾਂ ਨੂੰ ਮਤਲਬ ਜਿੱਦਾਂ ਕੋਈ ਸੈਮੀਨਾਰ ਵਗੈਰਾ ਕਰਦੇ ਸੀਗੇ ਫੈਸ਼ਨ ਸ਼ੋਜ਼ ਕਰਦੇ ਸੀ ਉਹਦੀ ਐਕਸਟਰਾ ਅਮਾਉਂਟ ਵੀ ਲੈਂਦੇ ਹੁੰਦੇ ਸੀਗੇ ਫਿਰ ਜੇ ਦੇਖਿਆ ਜਾਵੇ ਜਦੋਂ ਤੁਹਾਡੇ ਨਾਲ ਇਹ ਸਿਲਸਿਲਾ ਬੰਦ ਹੋਇਆ ਘਰਦਿਆਂ ਨਾਲ ਗੱਲਬਾਤ ਹੋਈ ਆਖਰਕਾਰ ਵੀ ਕੀ ਨਹੀਂ ਕਿਉਂਕਿ ਮੂਮਨ ਤੌਰ ਤੇ ਜਿਵੇਂ ਤੁਹਾਡੇ ਵਕੀਲ ਨੇ ਦੱਸਿਆ ਉਹ ਬੜੀ ਇੱਕ ਜੈਨੂਨ ਜੀ ਗੱਲ ਹੈ ਕਿ ਖੈਰ ਅਗਲਾ ਕਹਿੰਦਾ ਯਾਰ 2.5-3 ਲੱਖ ਰੁਪਇਆ ਛੱਡ ਪਰੇ ਆਪਾਂ ਕਿਹੜਾ ਚੱਕਰ ਮਾਰੂਗਾ ਕਿਹੜਾ ਜੁੱਤੀਆਂ ਕਸਾਊਗਾ ਵੀ ਰਹਿਣ ਦੋ ਛੱਡ ਕੇ ਲੋਕ ਆਮੂਮਨ ਤੌਰ ਤੇ ਵਗ ਜਾਂਦੇ ਨੇਗੇ ਐਗਜੈਕਟਲੀ ਮੇਰੇ ਪਾਪਾ ਨੇ ਵੀ ਵੈਸੇ ਇਹੀ ਚੀਜ਼ ਕਹੀ ਸੀਗੀ ਕਿ ਕੋਈ ਗੱਲ ਨਹੀਂ 3 ਲੱਖ ਰੁਪਇਆ ਚਲੇ ਗਿਆ ਤੂੰ ਛੱਡ ਇਹਨਾਂ ਨੂੰ ਇਹ ਚੱਕਰਾਂ 'ਚ ਨਾ ਪੈ ਪਰ ਮੈਨੂੰ ਇਹ ਲੱਗਦਾ ਮੇਰੇ ਮਾਂ-ਬਾਪ ਦੀ ਉਹ ਖੂਨ ਦੀ ਕਮਾਈ ਸੀਗੀ ਮੇਰੇ ਪੇਰੈਂਟਸ ਨੇ ਮੈਨੂੰ ਕਿੰਨੇ ਔਖੇ ਔਖੇ ਦਿੱਤੇ 3 ਲੱਖ ਘੱਟ ਨਹੀਂ ਹੁੰਦਾ ਔਰ ਮੈਨੂੰ ਲੱਗਦਾ ਹਰ ਬੱਚੇ ਤੋਂ ਉਹਨਾਂ ਨੇ ਇੰਨੇ ਹੀ ਪੈਸੇ ਇਕੱਠੇ ਕੀਤੇ ਆ ਤਾਂ ਬਹੁਤ ਪੈਸਾ ਉਹਨਾਂ ਨੇ ਕਮਾਇਆ ਪੁਲਿਸ ਕੰਪਲੇਂਟ ਵਗੈਰਾ ਤੁਸੀਂ ਉਹਦੀ ਕਰੀ ਜਾਂ ਬਾਅਦ 'ਚ ਕਰੀ ਮੈਂ ਕੰਪਲੇਂਟ ਕਰਨ ਵਾਸਤੇ ਬਹੁਤ ਕੋਸ਼ਿਸ਼ ਕੀਤੀ ਈਵਨ ਕਿ ਪੁਲਿਸ ਤੱਕ ਵੀ ਮੇਰਾ ਸਾਥ ਨਹੀਂ ਦੇ ਰਹੀ ਸੀਗੀ ਔਰ ਜਦ ਅਸੀਂ ਪੁਲਿਸ ਸਟੇਸ਼ਨ ਗਏ ਉਹ ਸਾਨੂੰ ਹਰਾਸ ਹੀ ਕਰ ਰਹੇ ਸੀ ਅਸੀਂ ਕੰਟੀਨਿਊ ਜਿੱਦਾਂ ਫੇਸ ਇੱਕ 'ਚ ਅਸੀਂ ਖੜੇ ਰਹੇ ਕਿਸੇ ਵੀ ਪੁਲਿਸ ਵਾਲੇ ਨੇ ਸਾਡੀ ਕੰਪਲੇਂਟ ਨਹੀਂ ਲਿਖੀ ਉਲਟਾ ਸਾਨੂੰ ਫੜਾ ਕੇ ਰੱਖਿਆ ਔਰ ਜੇ ਅਸੀਂ ਉੱਥੇ ਜਾ ਕੇ ਖੜੇ ਹੁੰਦੇ ਸੀ ਪ੍ਰੋਟੈਸਟ ਕਰਦੇ ਸੀਗੇ ਤਦ ਵੀ ਸਾਨੂੰ ਭਜਾ ਦਿੰਦੇ ਸੀ ਗੇਟ ਅੱਗੋਂ ਦੀ ਉਹਨਾਂ ਦਾ ਜਿਹੜਾ ਵਾਚਮੈਨ ਸੀਗਾ ਫਿਰ ਐਟ ਦਾ ਐਂਡ ਸਾਨੂੰ ਜਿਵੇਂ ਕਿ ਐਡਵੋਕੇਟ ਸਰ ਦਾ ਨੰਬਰ ਮਿਲਿਆ ਸਾਨੂੰ ਕਿਸੇ ਤੋਂ ਫਿਰ ਇਹਨਾਂ ਦੇ ਟੱਚ ਵਿੱਚ ਆਏ ਮੈਂ ਇਹਨਾਂ ਨੂੰ ਅਪਰੋਚ ਕੀਤਾ ਇਹਨਾਂ ਨੂੰ ਸਾਰੀ ਗੱਲਾਂ ਦੱਸੀਆਂ ਤਾਂ ਇਹਨਾਂ ਨੇ ਮੈਨੂੰ ਇੱਕ ਰਾਈਟ ਵੇ ਇੱਕ ਰਾਈਟ ਗਾਈਡੈਂਸ ਦੇ ਨਾਲ ਮੈਂ ਅੱਜ ਇੱਥੇ ਤੱਕ ਪਹੁੰਚੀ ਹਾਂ ਐਂਡ ਆਮ ਸੋ ਥੈਂਕਫੁਲ ਜਾਏਗਾ ਤੁਹਾਡੇ ਮਾਮਲੇ ਹਾਂਜੀ ਹਾਂਜੀ ਹੁਣ ਇਹ FIR ਹੋਈ ਹੈ ਅਤੇ ਮੈਂ ਵੈਰੀ ਥੈਂਕਫੁਲ ਹਾਂ ਕਿ ਵਰਿੰਦਰ ਐਡਵੋਕੇਟ ਵਰਿੰਦਰ ਸਰ ਨੇ ਕਾਫੀ ਹੈਲਪ ਕੀਤੀ ਸਾਡੇ ਸਾਰੇ ਸਟੂਡੈਂਟਸ ਦੀ ਜੋ ਕਿ ਕਿੰਨੇ ਸਾਲਾਂ ਤੋਂ 3 ਸਾਲਾਂ ਤੋਂ ਧੱਕੇ ਖਾ ਰਹੇ ਆ ਜੇ ਦੇਖਿਆ ਜਾਵੇ ਜਿਹੜਾ ਇਹ ਪੂਰਾ ਇੱਕ ਜਿਸ ਤਰ੍ਹਾਂ ਦੇ ਨਾਲ ਨੈਕਸਸ ਜੇ ਗੱਲ ਕਰੀਏ ਕਿ ਚੱਲ ਰਿਹਾ ਤੇ ਜਦੋਂ ਤੁਸੀਂ ਜਾਂਦੇ ਆਉਂਦੇ ਵੀ ਰਹੇ ਉਦੋਂ ਕੋਈ ਹੋਰ ਚੀਜ਼ਾਂ ਵੀ ਦੇਖਣ ਨੂੰ ਮਿਲੀਆਂ ਜਿੱਥੋਂ ਸੱਚਾਈ ਜਿਵੇਂ ਤੁਸੀਂ ਕਿਹਾ ਵੀ ਇੰਸਟਾਗ੍ਰਾਮ ਤੇ ਬੜੇ ਜੈਨੂਨ ਜੇ ਪੇਜ ਲੱਗਦੇ ਸੀ ਸਰਟੀਫਿਕੇਸ਼ਨ ਸੀ ਲਾਈ ਹੋਈ ਤੇ ਹੋਰ ਵੀ ਕੋਈ ਚੀਜ਼ਾਂ ਇਸ ਤਰ੍ਹਾਂ ਦੀਆਂ ਲੱਗੀਆਂ ਕਿ ਆਖਰਕਾਰ ਇਹਨਾਂ ਆਲੀਸ਼ਾਨ ਆਫਿਸ ਕਿ ਜਿੱਥੋਂ ਬੰਦੇ ਨੂੰ ਯਕੀਨ ਆ ਜਾਂਦਾ ਹੋਵੇ ਕਿਉਂਕਿ ਸਟੂਡੈਂਟਸ ਜਦੋਂ ਜਾਂਦੇ ਨੇਗੇ ਉਹ ਚੱਕਾ ਚੌਂਦ ਬੜੀ ਹੁੰਦੀ ਹੈਗੀ ਉੱਥੇ ਹਾਂਜੀ ਉਹ ਜਿਹੜੇ ਨਾ ਬੱਚਿਆਂ ਨੂੰ ਇੱਕ ਤਾਂ ਆਫਿਸ ਵਧੀਆ ਸੀਗਾ ਬਣਾਇਆ ਹੋਇਆ ਤੇ ਇੱਕ ਉਹਨਾਂ ਨੇ ਸਿਕਿਉਰਿਟੀ ਹਾਈ ਸਿਕਿਉਰਿਟੀ ਸਿਸਟਮ ਰੱਖਿਆ ਹੋਇਆ ਸੀ ਕਿਉਂਕਿ ਹਾਈ ਸਿਕਿਉਰਿਟੀ ਸਿਸਟਮ ਆਈ ਥਿੰਕ ਸਾਡੇ ਜਿੱਦਾਂ ਮਤਲਬ ਕਿਸੇ ਨੂੰ ਵੀ ਮਤਲਬ ਮਿਨਿਸਟਰਸ ਵਗੈਰਾ ਨੂੰ ਹੀ ਮਿਲਦਾ ਹੈ ਉਹਨਾਂ ਦੇ ਕੋਲ ਹੈਗਾ ਤੇ ਮੈਨੂੰ ਲੱਗਿਆ ਕਿ ਸ਼ਾਇਦ ਸੱਚੀ ਚ ਕਰਦੇ ਕੀ ਕਿ ਮਤਲਬ ਬਿਨਾ ਉਹਨਾਂ ਮਤਲਬ ਕਿ ਤੁਸੀਂ ਬਿਨਾ ਉਹਨਾਂ ਦੀ ਮਰਜ਼ੀ ਤੋਂ ਅੰਦਰ ਨਹੀਂ ਜਾ ਸਕਦੇ ਨਾ ਬਾਹਰ ਆ ਸਕਦੇ ਹੋ ਔਰ ਇਹਦੇ ਨਾਲ ਨਾਲ ਜੋ ਕਿ ਉੱਥੇ ਸੀਗੇ ਮੈਂ ਉਹਨਾਂ ਨੂੰ ਮਿਲੀ ਸੀਗੀ ਅਤੇ ਉਹ ਮੈਨੂੰ ਕਹਿੰਦੇ ਸੀ ਕਿ ਸਾਡੀ ਤਾਂ ਅਪਰੋਚ ਬਾਹਰ ਤੱਕ ਹੈ ਅਸੀਂ ਬਾਹਰ ਜਾਂਦੇ ਰਹਿੰਦੇ ਸਾਡੇ ਬਾਹਰ ਦੇ ਸਟੂਡੈਂਟਸ ਹੈ ਉਹ ਸਾਡੇ ਸਾਹਮਣੇ ਵੀਡੀਓ ਕਾਲ ਕਰਦੇ ਹੁੰਦੇ ਸੀਗੇ ਮੈਨੂੰ ਨਹੀਂ ਪਤਾ ਉਹ ਇੰਡੀਅਨ ਸੀਗੇ ਜਾਂ ਪਾਕਿਸਤਾਨੀ ਸੀਗੇ ਜਾਂ ਕੌਣ ਸੀਗੇ XYZ ਸੀ ਉਹਨਾਂ ਦੇ ਹਾਂਜੀ 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 ਉਹ ਫੋਰਨ ਲੈਂਗੁਏਜ ਵਿੱਚ ਬਿਲਕੁਲ ਐਕਸੈਂਟ ਵਿੱਚ ਗੱਲ ਕਰਦੇ ਸੀਗੇ ਤਾਂ ਇੱਦਾਂ ਲੱਗਦਾ ਸੀ ਸੱਚੀ ਜੈਨੂਇਨ ਹੈ ਔਰ ਉਹਨਾਂ ਕੋਲ ਜਿਹੜਾ ਆਨਲਾਈਨ ਪ੍ਰੋਗਰਾਮ ਜੋ ਬੋਲਦੇ ਸੀਗੇ ਬੱਚਿਆਂ ਨੂੰ 1 ਸਾਲ ਲਈ ਇੱਥੇ ਹੋਣਾ ਉਸ ਵਿੱਚ ਵੀ ਜੋ ਲੇਡੀ ਪੜ੍ਹਾਉਂਦੀ ਸੀਗੀ ਉਹ ਵੀ ਫੋਰਨਰ ਕਹਿੰਦੇ ਸੀਗੇ ਬਟ ਮੈਨੂੰ ਨਹੀਂ ਪਤਾ ਉਹ ਫੋਰਨਰ ਸੀਗੀ ਹੁਣ ਇਸ ਸਭ ਤੋਂ ਬਾਅਦ ਕਿਉਂਕਿ ਉਸ ਤੋਂ ਬਾਅਦ ਕੁਝ ਪਤਾ ਨਹੀਂ ਹੈ ਮੇਰੇ ਫਾਦਰ ਸਾਹਿਬ ਨੇ ਵੀ ਇਸ ਬਾਰੇ ਰਿਸਰਚ ਕੀਤਾ ਮੇਰੇ ਫਾਦਰ ਅਮਰੀਕਾ ਦੇ ਵਿੱਚ ਹੈ ਤਾਂ ਉਹਨਾਂ ਲਈ ਡਿਫੀਕਲਟ ਸੀਗਾ ਕੈਨੇਡਾ ਜਾ ਕੇ ਦੇਖਣਾ ਤਾਂ ਅਸੀਂ ਇੰਨਾ ਰਿਸਰਚ ਨਹੀਂ ਕੀਤਾ ਸੀ ਉਸ ਤੋਂ ਬਾਅਦ ਅਸੀਂ ਪਤਾ ਕੀਤਾ ਤਾਂ ਉਹ ਕਹਿੰਦੇ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਇਸ ਮੈਟਰ ਤੋਂ ਨਾ ਸਾਡੀ ਕੋਈ ਐਫੀਲੇਸ਼ਨ ਹੈ ਕੋਈ ਮੋਹਾਲੀ ਕੋਈ ਵੀ ਲਾਸਟ ਜਿਸ ਦਿਨ ਤੁਸੀਂ ਕਾਲ ਕਰਕੇ ਜਿੱਦੇ ਤੁਹਾਨੂੰ ਲੱਗਿਆ ਵੀ ਹੁਣ ਤਾਂ ਬਈ ਠੱਗੀ ਹੋ ਗਈ ਮੇਰੇ ਨਾਲ ਉਦੋਂ ਕਿਵੇਂ ਲੱਗਿਆ ਕਿ ਜਦੋਂ ਫੋਨ ਚੱਕਣਾ ਬੰਦ ਕਰਤਾ ਜਾਂ ਐਂਟਰੈਂਸ ਬੰਦ ਹੋ ਗਈ ਮੈਨੂੰ ਉਸ ਦਿਨ ਤੋਂ ਇਦਾਂ ਲੱਗਣ ਲੱਗ ਗਿਆ ਸੀਗਾ ਕਿ ਮੇਰਾ ਸਭ ਕੁਝ ਖਤਮ ਹੋ ਗਿਆ ਕਿਉਂਕਿ ਮੇਰੇ ਬਹੁਤ ਸਾਰੇ ਡ੍ਰੀਮ ਸੀਗੇ ਮੈਂ ਸਭ ਕੁਝ ਲੈ ਕੇ ਚੱਲ ਰਹੀ ਸੀਗੀ ਕਿ ਹਾਂ ਮੇਰਾ ਪੂਰਾ ਵਿਜ਼ਨ ਕਲੀਅਰ ਸੀਗਾ ਕਿ ਮੈਂ ਨੈਕਸਟ ਮੰਥ ਜਾਣਾ ਮੈਂ ਸਾਰੀ ਤਿਆਰੀ ਕਰ ਲਈ ਸੀਗੀ ਮੇਰਾ ਆਨਲਾਈਨ ਜੋ ਉਹਨਾਂ ਨੇ ਕੋਰਸ ਬੋਲਿਆ ਸੀ ਉਹ ਵੀ ਮੈਂ ਕੰਪਲੀਟ ਕਰ ਲਿਆ ਸੀ ਜੋ ਵੀ ਉਹਨਾਂ ਨੇ ਪ੍ਰੋਜੈਕਟ ਮੈਨੂੰ ਕਿਹਾ ਸੀਗਾ ਸਾਰੇ ਸਭ ਕੁਝ ਸਬਮਿਟ ਕਰਵਾ ਕੇ ਫਿਰ ਮੈਨੂੰ ਇਦਾਂ ਲੱਗਿਆ ਮੈਂ ਕਿਸ ਰਾਈਟ ਪਰਸਨ ਨੂੰ ਅਪਰੋਚ ਕਰਾਂ ਮੈਨੂੰ ਕੋਈ ਮਿਲ ਨਹੀਂ ਰਿਹਾ ਸੀ ਕੋਈ ਪੁਲਿਸ ਆਫਿਸਰ ਕੋਈ ਮੇਰੀ ਕੰਪਲੇਂਟ ਨਹੀਂ ਲਿਖ ਰਿਹਾ ਸੀ ਕੋਈ ਬੱਚਾ ਸਾਹਮਣੇ ਨਹੀਂ ਆਉਣਾ ਚਾਹੁੰਦਾ ਸੀ ਕਿਉਂਕਿ ਕੁਝ ਬੱਚਿਆਂ ਨੇ ਮੈਨੂੰ ਦੱਸਿਆ ਸੀਗਾ ਕਿ ਉਹਨਾਂ ਪਿੱਛੇ ਇਹ ਕਿਸੇ ਨਾ ਕਿਸੇ ਨੂੰ ਲਗਾ ਦਿੰਦੇ ਸੀਗੇ ਇਹ ਮਾਰਨ ਦੀ ਧਮਕੀਆਂ ਦਿੰਦੇ ਆ ਜਦ ਮੈਂ ਫਸਟ ਇਹਨਾਂ ਨੂੰ ਅਪਰੋਚ ਕਰਨਾ ਸ਼ੁਰੂ ਕੀਤਾ ਸੀਗਾ ਤੇ ਕੁਝ ਬੱਚਿਆਂ ਨੇ ਮੈਨੂੰ ਫੇਕਲੀ ਮਤਲਬ ਕਾਲ ਕਰਕੇ ਇਹ ਬੋਲਿਆ ਸੀਗਾ ਕਿ ਤੈਨੂੰ ਗਾਇਬ ਕਰਵਾ ਦੇਣਗੇ ਵੀ ਤੂੰ ਇਹਨਾਂ ਦੇ ਖਿਲਾਫ ਕੰਪਲੇਂਟ ਕਰ ਰਹੀ ਆ ਔਰ ਪਤਾ ਨਹੀਂ ਇਦਾਂ ਦੇ ਕਿੰਨੇ ਬੱਚਿਆਂ ਨੂੰ ਧਮਕੀਆਂ ਦਿੱਤੀਆਂ ਤੇ ਉਹ ਸਾਹਮਣੇ ਹੀ ਨਹੀਂ ਆਏ ਮੈਂ ਮੇਨ ਕੰਪਲੇਨੈਂਟ ਹੈ ਇਸ ਕੇਸ ਦੀ ਔਰ ਮੈਂ ਹੀ ਇੱਕ ਸੀਗੀ ਜਿਹਨੇ ਮਤਲਬ ਕੀਤਾ ਕਿ ਹਾਂ ਕਰਨਾ ਬਿਕੋਜ਼ ਬਾਕੀ ਸਾਰਿਆਂ ਨੂੰ ਡਰ ਸੀਗਾ ਕਿਤੇ ਉਹਨਾਂ ਨੂੰ ਮਾਰ ਨਾ ਦੇਣ
आखिरकार क्योंकि हर बारी जो ठगी के तरीके देखते हैं तो वो ठगी के तरीके बड़े समझ की लोड़ होंगी है, क्योंकि जिहड़ी कुड़ी का प्यो अमरीका बैठा होवे, खुद पढ़ी लिखी होवे, उहदे बावजूद जे देखा जाए बड़ी ठगी जेनुइन जी 2-3 लाख रुपए की जो लैके गल होवे कि तुसीं विदेश चले जाओगे, तो यह तरीके समझ की लोड़ ने। वो साड़ी भी कोशिश इस करके रहिंदी है क्योंकि ठगा तो देखो मामले दर्ज हो गए, उदू बाद कोर्ट च नहीं देर नहीं तो सवेर सही जे आखिरकार कितने कितने उन्होंने उन्हों की सज़ा मिल जूगी, पर होर लोग ना फसन इंतजाम नवें नवें ठगियां दे तरीके की ने समझन की जोड़ी जरूर लोड़ पैंदी है। वीडियो जर्नलिस्ट सूरज दरास मिसिंग डेली पोस्ट पंजाबी चंडीगढ़।